पता नहीं फोर्स होता ही ड्रामा ही किया फोर्स नहीं की लोड़ सी तभी मैं इतने देखने की कोई कोई वायलेंस वाली तो कोई गल नहीं सी वो सारी पोलीटिकल पार्टियां जिहड़ी रल के ना पंजाब नूं बर्बाद करना चाहुंदियां साढ़े कोल कोई सूचना नहीं तो अभी भी सोचते मैंने गिरफ्तार कर लिया होगा पर ये शो नहीं कर रहे हैं दरबार साहब गया मैं 10-11 बजे कर रहा हूँ जिहड़ा अमृतपाल सिंह खालसा साहब हीर चला रहे ने सारी पोलीटिकल पार्टियां जिहड़ियां रल के ना ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਤੇ ਜਿਹੜਾ ਕੋਈ ਬਚਾਉਣ ਵਾਲਾ ਉਹਦੇ ਖਿਲਾਫ ਜੇ ਕੋਈ ਮਾੜੇ ਮੋਟੇ ਅਜਨਾਲਾ ਕਾਂਡ ਨੂੰ ਲੈ ਕੇ ਕਹਿ ਰਹੇ ਨੇ ਵੀ 307 ਦਾ ਪਰਚਾ ਕੀਤਾ ਹੋਰ ਵੀ ਕਈ ਨੌਜਵਾਨ ਉੱਥੇ ਜਿਹੜੇ ਉਹਨਾਂ ਨੂੰ ਕਈ ਕਹਿ ਰਹੇ ਨੇ ਸਾਨੂੰ ਭਜਾਇਆ ਗਿਆ ਉੱਥੋਂ ਵੀ ਤੁਸੀਂ ਨਸ਼ਾ ਛੱਡਣਾ ਇੱਥੋਂ ਭਾਜੋ ਸਰਕਾਰ ਹੀ ਦੇਖਦੀ ਅਸੀਂ ਤੇ ਕੋਈ ਅਸੀਂ ਤੇ ਨੋਰਮਲ ਆਪਣਾ ਕੰਮ ਕਰਨ ਡੇ ਸਾਨੂੰ ਕਾਨੂੰਨ ਉਹ ਵੀ ਨਸ਼ੇ ਨੂੰ ਬਚਾਉਣ ਡੇ ਸੀ ਤੁਹਾਡੇ ਸਾਹਮਣੇ ਉੱਥੇ ਕਿੰਨੇ ਲੋਕ ਆਉਂਦੇ ਆ ਕਿੰਨੇ ਛੱਡ ਕੇ ਜਾਂਦੇ ਬਾਕੀ ਅਸੀਂ ਤੇ ਕੁਛ ਨਹੀਂ ਕਹਿ ਸਕਦੇ ਬਾਕੀ ਚਲੋ ਹੁਣ ਸਰਕਾਰ ਆਪਣਾ ਕੰਮ ਕਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਇੱਕ ਕਹਿ ਰਹੇ ਨੇ ਭਾਈ ਅਮਰ ਸਾਡੇ ਕੋਲ ਕੋਈ ਸੂਚਨਾ ਨਹੀਂ ਤੇ ਅਸੀਂ ਵੀ ਸੋਚਦੇ ਮੈਨੂੰ ਗ੍ਰਿਫਤਾਰ ਕਰ ਲਿਆ ਹੋਊਗਾ ਪਰ ਇਹ ਅਜੇ ਸ਼ੋਅ ਨਹੀਂ ਕਰ ਰਹੇ ਮੈਨੂੰ ਜਾਣਕਾਰੀ ਦਿੱਤੀ ਇਸ ਬਾਬਤ ਵੀ ਕਿਉਂ ਸਰਚ ਕਰ ਰਹੇ ਨੇ ਕੀ ਚਾਹੀਦਾ ਕੀ ਮੁੱਖ ਕਾਰਨ ਕੀ ਹੈ ਸਰਚ ਦਾ ਉਹ ਕਹਿੰਦੇ ਸੀ ਅਸੀਂ ਜੀ ਉਹ ਅੰਮ੍ਰਿਤਪਾਲ ਦੇ ਜਾਂ ਉਹਨਾਂ ਦੇ ਨਾਲ ਦੇ ਬੰਦਿਆਂ ਦੇ ਇਹ ਵਜ੍ਹਾ ਨਾਲ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਕਰਨੀ ਹੈ ਜੇ ਸ਼ਾਇਦ ਕੋਈ ਚੀਜ਼ ਗੈਰ ਕਾਨੂੰਨੀ ਨਹੀਂ ਹੋਵੇ ਠੀਕ ਹੈ ਕਰ ਲਓ ਕੋਈ ਬਰਾਮਦਗੀ ਕੋਈ ਲੱਗੀ ਛੋਟਾ ਛੋਟਾ ਬੇਟਾ ਹੈ ਅੰਮ੍ਰਿਤਪਾਲ ਕਿੰਨਾ ਚਿਰ ਚੱਲੀ ਜੀ ਇਹ ਤਲਾਸ਼ੀ ਸਾਨੂੰ ਤੇ ਪ੍ਰੋਪਰਲੀ ਉਹਨਾਂ ਦੇ ਨਾਵਾਂ ਦਾ ਵੀ ਨਹੀਂ ਪਤਾ ਪਾਪਾ ਜੀ ਤੁਹਾਡੇ ਘਰੋਂ ਕੋਈ ਲੈ ਕੇ ਪਿੰਡ ਦੇ ਵਿੱਚੋਂ 2 ਬੰਦੇ ਕੋਈ ਪਤਾ ਨਹੀਂ ਫਿਰ ਮੈਨੂੰ ਨਹੀਂ ਅਜੇ ਇਹਦੇ ਬਾਰੇ ਜੇ ਤੁਹਾਡੇ ਘਰੋਂ ਕੋਈ ਪਰਿਵਾਰਕ ਮੈਂਬਰ ਖੜਿਆ ਉਹਨਾਂ ਦੇ ਨਾਲ ਪੁਲਿਸ ਨਾਲ ਗੱਲਬਾਤ ਕੋਈ ਹੋਈ ਤੁਹਾਡੀ ਇਹਨਾਂ ਨੂੰ ਮਾਹੌਲ ਖਰਾਬ ਹੋਣ ਕਰਨ ਦੀ ਕੋਸ਼ਿਸ਼ ਹੈ ਜਾਂ ਫਿਰ ਕੀ ਕਾਰਨ ਹੈ ਕਿ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਜਾਣ ਬੁੱਝ ਕੇ ਡਰਾਮਾ ਕੀਤਾ ਜਾ ਰਿਹਾ ਗੱਲ ਤੇ ਕੋਈ ਨਹੀਂ ਸੀ ਗੱਲ ਤੇ ਹੁਣ ਨੋਰਮਲ ਚੱਲਣ ਦੀ ਜ਼ਿੰਦਗੀ ਉਹ ਵੀ ਦਿੱਲੀ ਆਉਂਦੇ ਸੀ ਜਾਂਦੇ ਜੇ ਉਹਨਾਂ ਅਰੈਸਟ ਕਰਨਾ ਸੀ ਤੇ ਕੋਈ ਕਿਸੇ ਨੂੰ ਪਹਿਲਾਂ ਹੀ ਦੱਸ ਦੇ ਇਹ ਖਾਲਸਾ ਵੀ ਇਦਾਂ ਐਲਾਨ ਕਰਨ ਤੋਂ ਬਾਅਦ ਹੀ ਇਦਾਂ ਹੋਇਆ ਨਹੀਂ ਦਿੱਕਤ ਕਿਹਨੂੰ ਆ ਰਹੀ ਹੈ ਜੀ ਇਹ ਇਹਨਾਂ ਨੂੰ ਜਿਹੜੇ ਡਰੱਗ ਵੇਚਣ ਵਾਲੇ ਆ ਜਾਂ ਪੋਲੀਟੀਕਲ ਜਿਨ੍ਹਾਂ ਨੂੰ ਲੱਗਦਾ ਤਾਂ ਕਰੋ ਥੋੜਾ ਲੋਕਾਂ ਉਹਨਾਂ ਨੂੰ ਜਾਂ ਕੋਈ ਜਾਗਰਤੀ ਨਾ ਹੋਵੇ ਜੋ ਅਸੀਂ ਕਹੀ ਜਾਂਦੇ ਉਹ ਹੀ ਮੰਨੀ ਜਾਣ ਬਸ ਹੁਣ ਤੁਸੀਂ ਦੇਖ ਲਓ ਅੰਮ੍ਰਿਤਪਾਲ ਤੇ ਅਜੇ 8-10 ਮਹੀਨੇ ਤੋਂ ਆਇਆ ਹੋਊਗਾ ਇੱਥੇ ਉਦੋਂ ਪਹਿਲਾਂ ਤੋਂ ਤੇ ਇੱਥੇ ਵਿਰੋਧ ਕਰਨ ਵਾਲੇ ਸਾਰੇ ਇੱਥੇ ਸੀ ਉਦੋਂ ਦਾ ਪੰਜਾਬ ਨੂੰ ਕਿਉਂ ਨਹੀਂ ਠੀਕ ਕੀਤਾ ਉਹ ਡਰੱਗ ਤੋਂ ਨਹੀਂ ਕਿਉਂ ਕੱਢਦੇ ਉਦੋਂ ਹੋਰ ਕ੍ਰਾਈਮ ਤੋਂ ਕਿਉਂ ਨਹੀਂ ਬਚਾਰੇ ਗੈਂਗਸਟਰਵਾਦ ਆ ਹੋਰ ਕਿੰਨੀਆਂ ਮੁਸੀਬਤਾਂ ਇੱਥੇ ਪੰਜਾਬ 'ਚ ਹੈ ਪੋਲਿਊਸ਼ਨ ਕਿੰਨਾ ਵਾ ਕਿ ਹੋਰ ਇਹੋ ਹੀ ਕੰਮ ਰਹਿ ਗਿਆ ਇਹਨਾਂ ਨੂੰ ਸਾਰਿਆਂ ਨੂੰ ਜ਼ਿਲ੍ਹਾ ਜਲਾਰਨ ਬਿਸ਼ਨੋਈ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਖਾਲਿਸਤਾਨ ਦਾ ਗਲਤ ਕਰ ਰਿਹਾ ਮੈਂ ਦੇਸ਼ ਭਗਤ ਆ ਉਹ ਚਲੋ ਉਹ ਜੋ ਉਹ ਤੇ ਉਹ ਆਪਣਾ ਜੋ ਕਰੇ ਉਹ ਦੇਸ਼ ਭਗਤੀ ਕਿੰਨੀ ਕਰ ਰਹੇ ਉਹ ਸਾਰਿਆਂ ਨੂੰ ਤੁਹਾਨੂੰ ਹੀ ਪਤਾ ਹੀ ਸਾਹਮਣੇ ਦੇਖਦੇ ਸਾਹਿਬ ਜੀ ਮੋਹਾਲੀ ਦੇ ਵਿੱਚ ਮੈਂ ਕਿਹਾ ਜੀ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੈਗੀਆਂ ਵਾ ਗ੍ਰਿਫਤਾਰੀ ਦਾ ਜਿਹੜਾ ਜਾਂ ਇਹ ਖਬਰਾਂ ਮਸ਼ਹੂਰ ਹੋਈਆਂ ਜਦੋਂ ਤਾਂ ਮੋਹਾਲੀ ਦੇ ਵਿੱਚ ਸਿੱਖ ਕਾਰਕੁਨਾਂ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਹੜੇ ਲੋਕ ਜੁੜੇ ਹੋਏ ਹੈਗੇ ਆ ਕੀ ਸੁਨੇਹਾ ਉਹਨਾਂ ਨੂੰ ਦੇਣਾ ਚਾਹੁੰਦੇ ਹੈਗੇ ਆ ਪੀਸਫੁਲੀ ਮਾਹੌਲ ਦੀ ਗੱਲ ਜਿਹੜੀ ਹੈਗੀ ਆ ਉਹ ਸਾਰੇ ਚੈਨਲਾਂ ਵੱਲੋਂ ਵੀ ਕਹੀ ਜਾ ਰਹੀ ਆ ਸਮੂਹ ਸਰਕਾਰ ਵੀ ਕਹਿ ਰਹੀ ਹੈਗੀ ਕਿ ਸ਼ਾਂਤੀ ਬਣਾਈ ਰੱਖੋ ਅਸੀਂ ਸਾਰੇ ਜਿਹੜੇ ਉਹਦੇ ਸਮਰਥਕ ਵੀ ਉਹਨਾਂ ਨੇ ਵੀ ਕਹਾਂ ਪੀਸਫੁਲੀ ਪ੍ਰੋਟੈਸਟ ਕਰੋ ਤੁਸੀਂ ਬੋਲੋ ਕੋਈ ਵਾਇਲੈਂਸ ਦੀ ਅਸੀਂ ਨਹੀਂ ਕਿਹਾ ਸ਼ਾਂਤੀ ਦੀ ਕੀ ਅਪੀਲ ਕਰਨਾ ਚਾਹੋਗੇ ਜੀ ਸ਼ਾਂਤੀ ਤੇ ਅਸੀਂ ਗਵਰਨਮੈਂਟ ਨੂੰ ਵੀ ਕਹਿੰਦੇ ਕਿ ਇਨਸਾਫ ਕਰੋ ਲੋਕਾਂ ਨੂੰ ਅੰਮ੍ਰਿਤਪਾਲ ਵਰਗਿਆਂ ਨੂੰ ਨਾ ਕੰਮ ਕਰਨਾ ਪਵੇ ਜੇ ਤੁਸੀਂ ਆਪਣੀ ਡਿਊਟੀ ਪੂਰੀ ਕਰੀ ਜਾਓ ਭਾਈ ਸਾਹਿਬ ਅੰਮ੍ਰਿਤਪਾਲ ਦੇ ਸਮਰਥਕ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਪਰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਸਮਰਥਕਾਂ ਨੂੰ ਕੀ ਬੇਨਤੀ ਕਰਦੇ ਹੋ ਕੀ ਅਪੀਲ ਕਰਦੇ ਹੋ ਉਹਨਾਂ ਨੂੰ ਕਹਿੰਦੇ ਵੀ ਜੇ ਵੈਗਰੂ ਦਾ ਨਾਮ ਲਓ ਅਰਦਾਸ ਕਰੋ ਤੇ ਗੜੀ ਬਸ ਬਾਕੀ ਠੀਕ ਹੈ ਕਿ ਅੱਜ ਨਾ ਆਉਣ ਦੇਣਗੇ ਕੱਲ੍ਹ ਨੂੰ ਆਪਣੇ ਜਿੱਥੇ ਜਿੱਥੇ ਹੈਗੇ ਉੱਥੇ ਉੱਥੇ ਆਪਣਾ
ਲੱਗਦਾ ਨਹੀਂ ਇਸ ਤਰ੍ਹਾਂ ਦੀ ਪੁਲਿਸ ਦੀ ਕਾਰਵਾਈ ਦੇ ਨਾਲ ਜਿਹੜੇ ਸਮਰਥਕ ਆ ਉਹਨਾਂ ਦੇ ਹੌਸਲੇ ਜਿਹੜੇ ਟੁੱਟਦੇ ਪਏ ਨਹੀਂ ਏਦਾਂ ਕੀ ਹੌਸਲੇ ਜਿਹੜੇ ਸਮਰਥਕ ਆ ਉਹ ਜਿਹੜੇ ਪੱਕੇ ਸਮਰਥਕ ਹੋਏ ਉਹਨਾਂ ਦੇ ਹੌਸਲੇ ਨਹੀਂ ਟੁੱਟਦੇ ਉਹਨਾਂ ਨੂੰ ਨਾ ਜੇਲ੍ਹਾਂ ਡਰਾ ਸਕਦੀਆਂ ਨਾ ਕੋਈ ਫਾਂਸੀ ਡਰਾ ਸਕਦੀ ਬਾਬਾ ਜਿਹੜੇ ਚਲੋ ਇੱਕ ਅਖੀਰੀ ਸਵਾਲ ਹੈ ਵੀ ਜਿਹੜਾ ਨੈੱਟ ਬੰਦ ਕਰ ਦਿੱਤਾ ਗਿਆ ਇੰਟਰਨੈਟ ਬੰਦ ਕਰ ਦਿੱਤਾ ਗਿਆ ਵੱਖ ਵੱਖ ਜਗ੍ਹਾਵਾਂ ਦੇ ਉੱਪਰ ਤੁਹਾਨੂੰ ਕੀ ਲੱਗਦਾ ਥੋੜੀ ਆਵਾਜ਼ ਦਬਾਉਣ ਕਰਕੇ ਕੀਤਾ ਗਿਆ ਜਾਂ ਕੋਈ ਹੋਰ ਕਰਨ ਵੀ ਹੋ ਸਕਦਾ ਨਹੀਂ ਇਹੋ ਹੀ ਹੈ ਕਿ ਇਸ ਚੀਜ਼ ਨੂੰ ਲੋਕ ਇਕੱਠੇ ਨਾ ਹੋਣ ਅੰਮ੍ਰਿਤਪਾਲ ਜੀ ਵਾਸਤੇ ਕਿਸ ਤਰ੍ਹਾਂ ਵੇਖਦੇ ਪਏ ਉਹਨਾਂ ਨੇ ਵੀ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੋ ਸਕਦਾ ਸਾਨੂੰ ਵੀ ਇਹ ਡਾਊਟ ਹੈ ਵੀ ਕੁਛ ਵੀ ਵਾਪਰ ਸਕਦਾ ਕੀ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹਾਂਜੀ।